ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਦੀਨ ਦੁਨੀ ਦੇ ਮਾਲਕ ਰਾਜਾਨ ਰਾਜ ਪਾਨਾਨ ਭਾਣ ਦੇਵਾਨ ਦੇਵ ਉਪਮਾ ਮਹਾਨ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਰਹਿਮਤ ਕਿਰਪਾ ਹੈ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਾਜ਼ੂਰੀ ਦੇ ਅੰਦਰ ਗੁਰਮੁਖ ਪਿਆਰਿਆਂ ਦੇ ਪਾਸੋਂ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਗੁਰਮਤ ਵਿਚਾਰਾਂ ਦੀ ਸਾਂਝ ਆਪ ਜੀ ਨੇ ਪਾਉਣਾ ਕੀਤੀ ਹੈ ਔਰ ਆਓ ਹੁਣ ਕੁਝ ਸਮੇਂ ਵਾਸਤੇ ਹੋਰ ਗੁਰਮਤ ਵਿਚਾਰਾਂ ਆਪ ਸਰਬਾ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਬੜੇ ਹੀ ਪ੍ਰੇਮ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ੂਰੀ ਦੇ ਅੰਦਰ ਬੈਠ ਕਰਕੇ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਬੜੇ ਹੀ ਪ੍ਰੇਮ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਜਿੰਨੇ ਵੀ ਸਤਸੰਗੀ ਜਨ ਗੁਰੂ ਕੀ ਸੰਗਤ ਦੇ ਵਿੱਚ ਬੈਠੇ ਹਨ ਫਤਿਹ ਪ੍ਰਵਾਨ ਕਰਨੀ ਆਪ ਜੀ ਨੇ ਫਤਿਹ ਬੁਲਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਗੁਰਬਾਣੀ ਦੇ ਵਿੱਚ ਬਚਨ ਕੀਤੇ ਨੇ ਕਹਿਣ ਲੱਗੇ ਔਰ ਉਹਨਾਂ ਬਚਨਾਂ ਨੂੰ ਆਪਾਂ ਹਰ ਰੋਜ਼ ਪੜ੍ਹਦੇ ਹਾਂ ਹਜ਼ੂਰ ਨੇ ਬਚਨ ਕੀਤਾ ਹੈ ਕਿ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਿ ਜਿਹਦੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਹੈ
जिन प्रेम कियो परमात्मा दे नाल, जिन्हें प्रेम कीता है उन्नू ही अकाल पुरख वाहगुरु की प्राप्ति हुई है। प्रेम ये एक अकाल पुरख वाहगुरु की दात है, क्योंकि ये बाजार दे विच दुकाना तो प्रेम प्राप्त नहीं हुंदा। जिन्हों उस परमात्मा ने अकाल पुरख वाहगुरु ने यह दात बख्शिश की, जिन्दे मन दे विच प्रेम पैदा होया, वाहगुरु दे नाल प्रेम कीता, महाराज कहिंदे कि उन्हों ही परमात्मा की प्राप्ति हुई प्रेम दे करके। ते भाई गुरदास जी ने भी अपने कबेत सवैयां दे विच बहुत ही सोहना वचन कीता है, उन्हां प्रेम की गल की है। पर उस तो पहला उन्होंने दो तीन उदाहरण दित्तियां, कहन लगे जैसे तो मिठाई राखिया छुपाई जतन कै, चीटी चल जाए चीन ताहे लिपटात है, दीपक जगाए जैसे राखिया दुराए गृह, प्रागट पतंग तामे सहज समात है। हुण पहली गल जिहड़ी है, भाई गुरदास जी ने एक कीड़ी दी कीती, जैसे तो मिठाई राखिया छुपाए जतन कै, जा मिठाई कह लो कोई भी मिठा पदार्थ, भाई गुरदास जी कहिंदे उन्हूं बंदा यतन करके उन्हूं एक चंगी थां दे पर टिकाणे दे पर रखदा कि इस मिठे दे कोल कीड़ी ना पहुंचे, पर फिर भी कहिंदे उस कीड़ी दा मिठाई दे नाल मिठे दे नाल इन्ना प्रेम, ਉਹ ਫਿਰ ਵੀ ਉੱਥੇ ਪਹੁੰਚ ਜਾਂਦੀ ਹੈ। ਜੈਸੇ ਤੋਂ ਮਿਠਾਈ ਰਾਖੀਆ ਛੁਪਾਏ ਜਤਨ ਕੈ, ਚੀਟੀ ਕਹਿੰਦੇ ਨੇ ਕੀੜੀ ਨੂੰ, ਚੀਟੀ ਚੱਲ ਜਾਏ ਚੀਨ ਤਾਹੇ ਲਪਟਾਤ ਹੈ, ਉੱਥੇ ਪਹੁੰਚ ਜਾਂਦੀ ਹੈ। ਫਿਰ ਦੂਸਰੀ ਉਦਾਹਰਣ ਪਤੰਗੇ ਦੀ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿਣ ਲੱਗੇ ਦੀਵੇ ਨੂੰ ਜਗਾ ਕੇ ਭਾਵੇਂ ਬੰਦਾ ਉਹਨੂੰ ਹੋਰ ਕਿਸੇ ਦੇ, ਦੀਪਕ ਜਗਾਏ ਜੈਸੇ ਰਾਖੀਆ ਦੁਰਾਏ ਗ੍ਰਹਿ, ਹੋਰ ਘਰੇ ਵੀ ਰੱਖ ਦਿਓ, ਪਰ ਫਿਰ ਵੀ ਕਹਿੰਦੇ ਪਤੰਗੇ ਦਾ ਉਸ ਦੀਵੇ ਦੇ ਨਾਲ ਇੰਨਾ ਪ੍ਰੇਮ, ਉਹਨੇ ਉੱਥੇ ਵੀ ਪਹੁੰਚ ਜਾਣਾ। ਅਤੇ ਫਿਰ ਤੀਸਰੀ ਉਦਾਹਰਣ ਜਿਹੜੀ ਹੈ ਭਾਈ ਗੁਰਦਾਸ ਜੀ ਉਹਨਾਂ ਨੇ ਉਹ ਇੱਕ ਕਮਲ ਦੇ ਫੁੱਲ ਦੀ ਦਿੱਤੀ ਹੈ। ਕਮਲ ਦਾ ਫੁੱਲ ਜਿਹੜਾ ਹੈ, ਕਹਿਣ ਲੱਗੇ ਭਾਵੇਂ ਉਹ ਦਰਿਆ ਦੇ ਵਿੱਚ ਨਦੀ ਦੇ ਵਿੱਚ ਵੀ ਕਿਉਂ ਨਾ ਹੋਵੇ, ਪਰ ਭੌਰਾ ਉਹਦੀ ਸੁਗੰਧੀ ਲੈਣ ਵਾਸਤੇ ਫਿਰ ਵੀ ਉੱਥੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਤਿੰਨ ਉਦਾਹਰਣਾਂ ਦੇ ਕੇ ਅਤੇ ਅਖੀਰ 'ਤੇ ਇਹ ਬਚਨ ਕੀਤਾ ਹੈ, ਤੈਸੇ ਗੁਰਸਿੱਖ ਜਿਹੇ ਘਾਟ ਪ੍ਰਗਟ ਪ੍ਰੇਮ, ਸਕਲ ਸੰਸਾਰ ਤਾਹੇ ਦੁਆਰ ਬਿਲ ਲਾਤ ਹੈ। ਜਿਸ ਗੁਰਸਿੱਖ ਦੇ ਹਿਰਦੇ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਪੈਦਾ ਹੋ ਜਾਂਦਾ ਨਾ, ਫਿਰ ਸਾਰਾ ਹੀ ਸੰਸਾਰ ਜਿਹੜਾ ਹੈ ਉਹਦੇ ਕੋਲ ਆਪ ਚੱਲ ਕੇ ਜਾਂਦਾ ਹੈ। ਭਾਵ ਗੁਰੂ ਦੇ ਗੁਰਸਿੱਖ ਪਿਆਰੇ ਜਿਹੜੇ ਨੇ, ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਜਿੰਦੀ ਬਾਬਤ ਕਲਗੀਧਰ ਪਿਤਾ ਮਹਾਰਾਜ ਜੀ ਕਹਿੰਦੇ ਨੇ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖਿਆ ਸਮਾਹੇ। ਹੁਣ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਕਿ ਸਾਡੇ ਕੋਲ ਆਓ, ਉਹਨਾਂ ਦੀ ਸੁਗੰਧੀ ਜਿਹੜੀ ਹੈ, ਨਾਮ ਦੀ ਸੁਗੰਧੀ ਇੱਥੋਂ ਤੱਕ ਫੈਲ ਜਾਂਦੀ ਹੈ ਕਿ ਲੋਕ ਉਹਨਾਂ ਦੇ ਕੋਲ ਆਪ ਚੱਲ ਕੇ ਜਾਂਦੇ ਨੇ। ਇਹ ਉਦਾਹਰਣਾਂ ਕਿਉਂ ਦਿੱਤੀਆਂ? ਭਾਈ ਗੁਰਦਾਸ ਜੀ ਕਹਿੰਦੇ ਕਦੇ ਮਠਿਆਈ ਨੇ ਕੀੜੀ ਨੂੰ ਨਹੀਂ ਆਖਿਆ ਕਿ ਮੈਂ ਇਸ ਜਗ੍ਹਾ 'ਤੇ ਪਰ ਹਾਂ ਤੂੰ ਇੱਥੇ ਆ ਜਾ, ਉਹ ਆਪਣੇ ਆਪ ਹੀ ਪਹੁੰਚ ਜਾਂਦੀ ਹੈ। ਔਰ ਇਸੇ ਹੀ ਤਰੀਕੇ ਦੇ ਨਾਲ ਦੀਵੇ ਨੇ ਕਦੇ ਪਤੰਗੇ ਨੂੰ ਨਹੀਂ ਆਖਿਆ ਕਿ ਮੈਂ ਇੱਥੇ ਜਗਦਾ ਹਾਂ, ਉਹਦੇ ਪ੍ਰਕਾਸ਼ ਦੇ ਕਰਕੇ ਉਹ ਐਟੋਮੈਟਿਕ ਉੱਥੇ ਆ ਜਾਂਦਾ ਹੈ, ਆਪਣੇ ਆਪ ਆ ਜਾਂਦਾ ਹੈ। ਭੌਰਾ ਵੀ ਉਹਦਾ ਪ੍ਰੇਮ ਹੈ ਕਮਲ ਦੇ ਫੁੱਲ ਦੇ ਨਾਲ, ਉਹਦੀ ਸੁਗੰਧੀ ਲੈਣ ਵਾਸਤੇ ਉੱਥੇ ਪਹੁੰਚ ਜਾਂਦਾ ਹੈ। ਇਸ ਕਰਕੇ ਉਹਨਾਂ ਸੰਗਤਾਂ ਦੇ ਵਿੱਚ, ਪਿਆਰਿਆਂ ਦੇ ਵਿੱਚ,
ਗੁਰੂ ਦੇ ਪਿਆਰਿਆਂ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਇੰਨਾ ਪ੍ਰੇਮ ਹੁੰਦਾ ਹੈ ਕਿ ਉਹ ਆਪਣੇ ਆਪ ਹੀ ਉੱਥੇ ਚੱਲ ਕੇ ਪਹੁੰਚ ਜਾਂਦੇ ਨੇ। ਵਿਚਾਰ ਆਪਾਂ ਕੀਤੀ ਸੀ ਪ੍ਰੇਮ ਦੀ। ਮਹਾਰਾਜ ਕਲਗੀਧਰ ਪਿਤਾ ਮਹਾਰਾਜ ਜੀ ਕਹਿੰਦੇ ਕਿ ਜੀਵ ਦੇ ਹਿਰਦੇ ਦੇ ਵਿੱਚ ਗੁਰੂ ਦਾ ਪ੍ਰੇਮ ਉਹ ਹੋਣਾ ਬਹੁਤ ਹੀ ਲਾਜ਼ਮੀ ਹੈ। ਫਿਰ ਅਸੀਂ ਉਹਨਾਂ ਦੀ ਗੁਰਬਾਣੀ ਪੜ੍ਹਦੇ ਹਾਂ, ਚੌਪੀ ਸਾਹਿਬ ਦੀ ਬਾਣੀ, ਜਿਹਦੇ ਵਿੱਚ ਕਲਗੀਧਰ ਪਿਤਾ ਮਹਾਰਾਜ ਜੀ ਬਚਨ ਕਰਦੇ ਨੇ, ਕਹਿਣ ਲੱਗੇ ਆਪ ਹੱਥ ਦਾ ਮੁਜਾ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ। ਹੁਣ ਚੌਪੀ ਸਾਹਿਬ ਦੀ ਗੁਰਬਾਣੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ, ਕਲਗੀਧਰ ਪਿਤਾ ਮਹਾਰਾਜ ਜੀ ਨੇ ਸਾਨੂੰ ਸਿਖਾਈ ਹੈ ਕਿ ਪਰਮਾਤਮਾ ਦੇ ਅੱਗੇ ਅਰਦਾਸ ਕਿਵੇਂ ਕਰਨੀ ਹੈ। ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੌਤ ਦਾ ਡਰ ਨਹੀਂ, ਕਿਉਂ ਉਹ ਦੁਨੀਆਂ ਦਾ ਭਲਾ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ, ਪਰਮਾਤਮਾ ਨੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਭੇਜਿਆ। ਜਾਏ ਜਹਾਂ ਤੈਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਪਰ ਹਜ਼ੂਰ ਨੇ ਇਹ ਗੱਲ ਕੀਤੀ ਚੌਪੀ ਸਾਹਿਬ ਦੇ ਵਿੱਚ, ਕਹਿਣ ਲੱਗੇ ਆਪ ਹੱਥ ਦਾ ਮੁਜਾ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ। ਇਹ ਜਿਹੜਾ ਲੋਕਾਂ ਦੇ ਵਿੱਚ ਮੌਤ ਦਾ ਡਰ ਸੀ, ਹੇ ਅਕਾਲ ਪੁਰਖ ਵਾਹਿਗੁਰੂ ਨਵਰੀਆ ਤੋਂ ਭਾਵ ਕਿ ਇਹਨੂੰ ਨਿਵਿਰਤ ਕਰ ਦਿਉ, ਇਹਨੂੰ ਖਤਮ ਕਰ ਦਿਉ, ਪਰ ਆਪ ਹੱਥ ਦਾ ਮੁਜਾ ਉਭਰੀਐ। ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪਣਾ ਮਿਹਰ ਭਰਿਆ ਹੱਥ ਜਿਹੜਾ ਉਹਨੂੰ ਰੱਖ ਕੇ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚੋਂ ਤੁਸੀਂ ਕੱਢ ਲੈਣਾ ਕਰੋ। ਉਭਰੀਆ ਤੋਂ ਭਾਵ ਕੇ ਕੱਢਣਾ। ਹੁਣ ਜਿਵੇਂ ਕੋਈ ਬੰਦਾ ਜਿਹੜਾ ਹੈ ਜੀਵ, ਉਹ ਚਿੱਕੜ ਦੇ ਵਿੱਚ ਫਸ ਜਾਵੇ, ਉਹ ਆਪਣੇ ਆਪ ਨਹੀਂ ਨਿਕਲ ਸਕਦਾ। ਕਿਉਂ? ਯਤਨ ਕਰੇਗਾ, ਉਹਨੇ ਹੋਰ ਉਸ ਚਿੱਕੜ ਦੇ ਵਿੱਚ ਡੁੱਬਦਾ ਜਾਣਾ, ਧੱਸਦਾ ਜਾਣਾ। ਮਹਾਰਾਜ ਕਹਿੰਦੇ ਇਹ ਸੰਸਾਰ ਵੀ ਇਸ ਤਰ੍ਹਾਂ ਦਾ ਹੈ, ਇਹ ਸੰਸਾਰ ਦੇ ਵਿੱਚੋਂ ਨਿਕਲਣਾ ਜ਼ਰੂਰ ਹੈ, ਪਰ ਬੰਦਾ ਆਪਣੇ ਆਪ ਨਹੀਂ ਨਿਕਲ ਸਕਦਾ। ਇਹਨੂੰ ਇਹਦੇ ਵਿੱਚੋਂ ਨਿਕਲਣ ਵਾਸਤੇ ਗੁਰੂ ਦੀ ਲੋੜ ਪੈਣੀ ਹੈ। ਗੁਰੂ ਤੋਂ ਬਿਨਾਂ ਕੋਈ ਇਹਦਾ ਭਲਾ ਨਹੀਂ ਕਰ ਸਕਦਾ। ਹੁਣ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚੋਂ ਉਹ ਵੀ ਬਚਨ ਰੋਜ਼ ਪੜ੍ਹਿਆ ਜਾਂਦਾ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿਣ ਲੱਗੇ ਤਿਤ ਸਰਵਰ ਡੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀਆ, ਪੰਕ ਜੋ ਮੋਹ ਪਾਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਉਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹੈ ਚੌਪੀ ਸਾਹਿਬ ਦੇ ਵਿੱਚ। ਕਿਉਂ? ਸਾਨੂੰ ਅਜੇ ਤੱਕ ਸਮਝ ਨਹੀਂ ਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਉਹ ਸਾਨੂੰ ਕੀ ਸੰਕੇਤ ਕਰਦੀ ਪਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਉਸ ਚਿੱਕੜ ਦੀ ਗੱਲ ਕੀਤੀ ਹੈ ਕਿ ਅਸੀਂ ਮਹਾਰਾਜ ਕਹਿੰਦੇ ਵੇਖਿਆ ਕਿ ਜਿਹੜਾ ਮੋਹ ਰੂਪੀ ਚਿੱਕੜ ਆ ਨਾ, ਉਹ ਸਾਰੇ ਹੀ ਸੰਸਾਰ ਦੇ ਜੀਵਾਂ ਨੂੰ ਲੱਗਾ ਹੋਇਆ ਹੈ, ਔਰ ਇਹਦੇ ਵਿੱਚ ਹੀ ਸੰਸਾਰ ਦੇ ਜੀਵ ਜਿਹੜੇ ਨੇ ਉਹ ਧੱਸਦੇ ਜਾ ਰਹੇ ਨੇ। ਹਮ ਦੇਖਾ ਤਹਿ ਡੁੱਬੀ ਵਾਲੇ, ਸਾਰੇ ਹੀ ਡੁੱਬਦੇ ਜਾ ਰਹੇ ਨੇ। ਮਹਾਰਾਜ ਕਹਿੰਦੇ ਕੋਈ ਵੀ ਬਚਿਆ ਨਹੀਂ, ਪਰ ਬਚਿਆ ਉਹ ਹੈ ਜਿਹਨੂੰ ਕਲਗੀਧਰ ਪਿਤਾ ਮਹਾਰਾਜ ਜੀ ਕਹਿੰਦੇ ਆਪ ਹੱਥ ਦਾ ਮੁਜਾ ਉਭਰੀਐ। ਅਕਾਲ ਪੁਰਖ ਵਾਹਿਗੁਰੂ ਨੇ ਇਹ ਰਹਿਮਤ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਸੰਸਾਰ ਰੂਪੀ ਚਿੱਕੜ ਦੇ ਵਿੱਚੋਂ ਕੱਢ ਲੈਣਾ ਕੀਤਾ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ, ਵਾਹਿਗੁਰੂ ਦੀ ਬੰਦਗੀ ਹੈ। ਹੁਣ ਆਪਾਂ ਇਹ ਵੀ ਵਿਚਾਰ ਕਰਨੀ ਹੈ, ਕਿਉਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗ੍ਰਿਸਤੀ ਜੀਵਨ ਨੂੰ ਮਹਾਨਤਾ ਦਿੱਤੀ ਹੈ। ਹੁਣ ਜੀ ਆਪਾਂ ਇਹ ਵੇਖਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਉਣ ਤੋਂ ਪਹਿਲਾਂ ਸੰਸਾਰ ਦੇ ਵਿੱਚ ਇੱਕ ਪਾਖੀ ਸੀ। ਕਿਉਂ? ਜਿਨ੍ਹਾਂ ਨੇ ਯੋਗ ਮਤ ਨੂੰ ਧਾਰਨ ਕੀਤਾ ਹੈ ਉਹਨਾਂ ਨੇ ਗ੍ਰਿਸਤ ਨੂੰ ਜਮ੍ਹਾਂ ਹੀ ਛੱਡ ਦਿੱਤਾ ਹੈ, ਔਰ ਜਿਹੜੇ ਗ੍ਰਿਸਤੀ ਨੇ ਉਹਨਾਂ ਪਰਮਾਤਮਾ ਦਾ ਨਾਮ ਹੀ ਭੁਲਾ ਦਿੱਤਾ ਹੈ, ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਹੀ ਮਗਨ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੰਕੇਤ ਜਿਹੜਾ ਸੀ ਉਹ ਦੇਣਾ ਹੈ, ਕਿਹੜਾ? ਕਹਿਣ ਲੱਗੇ ਗ੍ਰਿਸਤ ਦੇ ਵਿੱਚ ਰਹਿ ਕਰਕੇ ਹੀ ਯੋਗ ਮਤ ਨੂੰ ਕਿਵੇਂ ਧਾਰਨ ਕਰਨਾ ਹੈ, ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਸ ਗ੍ਰਿਸਤ ਦੇ ਨਾਲੋਂ ਕਿਵੇਂ ਨਿਰਲੇਪ ਰਹਿਣਾ ਹੈ।
ਇਸ ਗ੍ਰਸਥ ਦੇ ਵਿੱਚ ਰਹਿ ਕਰਕੇ ਹੀ ਉਦਾਸੀ ਬਣਨਾ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨਾ ਪੁੱਤਰ ਕਲੱਤਰ ਵਿੱਚ ਗੱਤ ਪਾਈ, ਕਿ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਜਿਹੜੀ ਹੈ ਉਹ ਕਰਨੀ ਹੈ। ਇਸ ਤਰ੍ਹਾਂ ਨਹੀਂ ਕਿ ਯੋਗ ਮਤ ਧਾਰਨ ਕਰ ਲਿਆ, ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੇਲੇ ਯੋਗ ਮਤ ਜਿਹੜਾ ਸੀ ਉਹ ਬੜਾ ਪ੍ਰਚਲਿਤ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੇ ਨਾਲ ਕਈ ਵਾਰ ਚਰਚਾ ਹੋਈ ਹੈ ਯੋਗੀਆਂ ਦੀ, ਔਰ ਉਹਨਾਂ ਨੇ ਇਹ ਗੱਲ ਆਖੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਉਹ ਗੱਲ ਵੱਖਰੀ ਹੈ ਕਿ ਤੁਸੀਂ ਇੱਥੇ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਜੇ, ਪਰ ਸਾਨੂੰ ਤੁਹਾਡੀ ਇਹ ਗੱਲ ਉਹ ਚੰਗੀ ਨਹੀਂ ਲੱਗਦੀ ਜਿਹੜਾ ਤੁਸੀਂ ਗ੍ਰਸਥੀ ਜੀਵਨ ਨੂੰ ਧਾਰਨ ਕੀਤਾ ਹੋਇਆ, ਇਹ ਕੰਮ ਤੁਹਾਡਾ ਚੰਗਾ ਨਹੀਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕਿਰਪਾ ਕਰਕੇ ਉਹਨਾਂ ਨੂੰ ਉਹ ਜਾਤ ਜਿਹੜੀ ਹੈ ਕਹਿ ਲਓ ਕਿ ਸਿਖਾਈ ਕਿ ਗ੍ਰਸਥੀ ਜੀਵਨ ਦੇ ਵਿੱਚ ਰਹਿ ਕੇ ਅਤੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਹੈ ਤਾਂ ਭਾਵੇਂ ਹਜ਼ੂਰ ਕਹਿੰਦੇ ਇਹ ਗ੍ਰਸਥੀ ਜੀਵਨ ਜਿਹੜਾ ਹੈ ਚਿਕਟ ਦੇ ਨਿਆਈ ਹੈ, ਕਿਉਂ ਗੁਰਬਾਣੀ ਦੇ ਵਿੱਚ ਹੋਰ ਵੀ ਅਨੇਕਾਂ ਥਾਵਾਂ ਦੇ ਉੱਪਰ ਬਚਨ ਆਉਂਦੇ ਨੇ, ਜਿਵੇਂ ਮਹਾਰਾਜ ਸਾਹਿਬ ਨੇ ਆਖਿਆ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ ਘੁੰਮਣ ਘੇਰੀ। ਜਦੋਂ ਬੰਦਾ ਘੁੰਮਣ ਘੇਰੀ ਦੇ ਵਿੱਚ ਫਸ ਜਾਂਦਾ ਹੈ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ, ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਜਾਂਚ ਉਹ ਸਿਖਾਉਣਾ ਕੀਤੀ ਆ ਕਿ ਇਹਨਾਂ ਦੇ ਵਿੱਚੋਂ ਨਿਕਲਣਾ ਕਿਵੇਂ ਹੈ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਕਿਉਂਕਿ ਉੱਥੇ ਭਗਤ ਰਵਿਦਾਸ ਜੀ ਇਸ ਗ੍ਰਸਥੀ ਜੀਵਨ ਨੂੰ ਇੱਕ ਖੂਹ ਦੇ ਵਾਂਗ ਵੀ ਦੱਸਦੇ ਪਏ ਨੇ। ਕਹਿਣ ਲੱਗੇ ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ਼ ਆਰਾ ਪਾਰ ਨਾ ਸੂਝ। ਕੂਪ ਭਰਿਓ ਜੈਸੇ ਦਾਦਰਾ, ਦਾਦਰਾ ਨਾਮ ਹੈ ਡੱਡੂ ਦਾ। ਹੁਣ ਕਹਿਣ ਲੱਗੇ ਕੀ ਹੋਇਆ, ਇੱਕ ਵਾਰ ਕੋਈ ਹੰਸ ਜਿਹੜਾ ਸੀ ਉਹ ਖੂਹ ਦੇ ਉੱਪਰ ਆ ਕੇ ਬੈਠ ਗਿਆ। ਉਹਨੇ ਡੱਡੂ ਨੂੰ ਆਖਿਆ ਕਿ ਮੈਂ ਤੈਨੂੰ ਮਾਨ ਸਰੋਵਰ ਦੇ ਉੱਪਰ ਲੈ ਜਾਂਦਾ ਹਾਂ, ਕਿਉਂਕਿ ਤੇਰੀ ਜ਼ਿੰਦਗੀ ਇਸ ਖੂਹ ਦੇ ਵਿੱਚ ਹੀ ਹੈ, ਇੱਥੋਂ ਕੱਢ ਕੇ ਅਤੇ ਤੈਨੂੰ ਮੈਂ ਮਾਨ ਸਰੋਵਰ ਦੇ ਉੱਪਰ ਲੈ ਜਾਂਦਾ, ਉੱਥੋਂ ਦਾ ਨਜ਼ਾਰਾ ਤੈਨੂੰ ਵਿਖਾਉਂਦਾ। ਹੁਣ ਉਹ ਡੱਡੂ ਜਿਹੜਾ ਸਾਰੀ ਉਮਰ ਹੀ ਉਸ ਖੂਹ ਦੇ ਵਿੱਚ ਰਿਹਾ ਹੈ, ਔਰ ਉਹਦੇ ਵੱਡੇ ਵਡੇਰੇ ਵੀ ਉੱਥੇ ਰਹੇ ਹੋਣਗੇ ਜਿੱਥੋਂ ਪੈਦਾ ਹੋਇਆ, ਉਹਦਾ ਜੀਵਨ ਉਹ ਖੂਹ ਹੈ। ਪਰ ਉਸ ਹੰਸ ਨੇ ਆਖਿਆ ਕਿ ਤੈਨੂੰ ਮੈਂ ਇੱਥੋਂ ਕੱਢ ਕੇ ਅਤੇ ਮਾਨ ਸਰੋਵਰ ਦੇ ਉੱਪਰ ਲੈ ਜਾਂਦਾ ਹਾਂ। ਕਹਿਣ ਲੱਗੇ ਉਸ ਡੱਡੂ ਨੇ ਇੱਕ ਛਾਲ ਮਾਰੀ, ਕਹਿਣ ਲੱਗਾ ਤੇਰਾ ਮਾਨ ਸਰੋਵਰ ਕਿੱਡਾ ਕ ਐਡਾ ਕ? ਉਹ ਕਹਿੰਦਾ ਨਹੀਂ। ਫਿਰ ਉਹਨੇ ਦੂਸਰੀ ਛਾਲ ਮਾਰੀ ਹੈ, ਉਹ ਕਹਿੰਦਾ ਐਡਾ ਕੁ ਹੋਵੇਗਾ। ਚਾਰ ਪੰਜ ਛਾਲਾਂ ਜਿਹੜੀਆਂ ਸੀ ਡੱਡੂ ਨੇ ਕਹਿੰਦੇ ਮਾਰੀਆਂ ਅਤੇ ਉਹ ਖੂਹ ਦਾ ਗੇੜਾ ਕੱਢ ਕੇ ਬਸ ਉੱਥੇ ਬੈਠ ਗਿਆ। ਕਹਿੰਦਾ ਇੰਨਾ ਕੁ ਹੋਣਾ? ਉਹ ਹੰਸ ਕਹਿੰਦਾ ਨਹੀਂ, ਇੰਨਾ ਨਹੀਂ ਹੈ। ਫਿਰ ਉਹਨੇ ਆਖਿਆ ਨਹੀਂ, ਤੂੰ ਝੂਠ ਬੋਲਦਾ ਹੈ। ਕਹਿਣ ਦਾ ਭਾਵ ਇਹ ਕਿ ਜਿੰਦਾ ਜੀਵਨ ਹੀ ਉਹ ਖੂਹ ਬਣ ਗਿਆ, ਜਿਹਨੇ ਇਹ ਕਦੇ ਸੋਚਿਆ ਨਹੀਂ ਕਿ ਮੈਂ ਇਹਦੇ ਤੋਂ ਬਾਹਰ ਹੋਰ ਦੁਨੀਆਂ ਵੀ ਜਿਹੜੀ ਹੈ ਉਹਨੂੰ ਵੀ ਤੱਕਣਾ ਹੈ, ਉਹਨੂੰ ਵੀ ਵੇਖਣਾ ਹੈ। ਉਹਨੇ ਤਾਂ ਇਹੀ ਕਹਿਣਾ ਕੁਝ ਵੀ ਨਹੀਂ ਹੈ, ਜੋ ਇੱਥੇ ਹੈ ਬਸ, ਹੋਰ ਕੁਝ ਵੀ ਨਹੀਂ। ਫਿਰ ਇੱਕ ਬਚਨ ਹੋਰ ਆਉਂਦਾ ਹੈ ਭਗਤ ਕਬੀਰ ਜੀ ਦਾ, ਜਿਹਦੇ ਵਿੱਚ ਭਗਤ ਕਬੀਰ ਜੀ ਨੇ ਇਹ ਗੱਲ ਕੀਤੀ ਹੈ, ਕਿਉਂਕਿ ਆਪਾਂ ਪਹਿਲਾਂ ਵਿਚਾਰ ਲਿਖੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਪੜਿਆ ਕਿ ਆਪ ਹਾਥ ਦਾ ਮੁਝੇ ਉਭਰੀਐ, ਉਭਰੀਐ ਤੋਂ ਭਾਵ ਕਿ ਕੱਢਣਾ, ਅਸੀਂ ਆਪਣੇ ਆਪ ਨਿਕਲ ਨਹੀਂ ਸਕਦੇ, ਗੁਰੂ ਰਹਿਮਤ ਕਿਰਪਾ ਕਰੇ। ਹੁਣ ਭਗਤ ਕਬੀਰ ਜੀ ਇਹ ਬਚਨ ਕਰਦੇ ਕਹਿਣ ਲੱਗੇ, ਹਉ ਬਲਿਹਾਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਹੁਣ ਉਹਨਾਂ ਨੇ ਇੱਕ ਪੰਛੀ ਦੀ ਗੱਲ ਕੀਤੀ ਹੈ, ਕਹਿਣ ਲੱਗੇ
ਕਿ ਅਸੀਂ ਉਹਨਾਂ ਦੇ ਵਾਰ ਨਹੀਂ ਬਲਿਹਾਰ ਨਹੀਂ ਜਾਂਦੇ ਹਾਂ। ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਭਗਤ ਵਾਹਿਗੁਰੂ ਮੁਆਫ ਕਰਨਾ ਭਗਤ ਫਰੀ ਜੀ ਦਾ ਬਚਨ ਹੈ। ਕਹਿਣ ਲੱਗੇ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਕਹਿੰਦੇ ਜਿੰਨਾ ਦਾ ਜੰਗਲ ਦੇ ਵਿੱਚ ਵਾਸਾ ਹੈ ਮੈਂ ਉਹਨਾਂ ਪੰਛੀਆਂ ਦੇ ਵਾਰ ਨੇ ਬਲਿਹਾਰ ਨੇ ਜਾਂਦਾ ਹਾਂ। ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਹੁਣ ਜੇ ਅਸੀਂ ਇਹ ਵੇਖੀਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂ ਸਾਡਾ ਜੀਵਨ ਉਹ ਵੀ ਇੱਕ ਪੰਛੀ ਦੇ ਵਾਂਗ ਹੈ। ਮਹਾਰਾਜ ਕਹਿੰਦੇ ਜਿਵੇਂ ਪੰਛੀ ਜਿਹੜਾ ਹੈ ਉਹ ਧਰਤੀ ਦੇ ਉੱਪਰ ਵੀ ਬੈਠਦਾ ਹੈ ਪਰ ਉਹ ਆਕਾਸ਼ ਦੇ ਉੱਪਰ ਵੀ ਉਡਾਰੀਆਂ ਲਾਉਂਦਾ ਹੈ, ਆਕਾਸ਼ ਦੇ ਵਿੱਚ ਵੀ ਉਹ ਉਡਾਰੀ ਮਾਰ ਕੇ ਤੇ ਉਹ ਆਨੰਦ ਨੂੰ ਪ੍ਰਾਪਤ ਕਰਦਾ ਹੈ। ਉਹਨੂੰ ਹੀ ਅਸਲ ਦੇ ਵਿੱਚ ਪੰਛੀ ਕਿਹਾ ਜਾਵੇਗਾ। ਪਰ ਜਿਹੜਾ ਹੁਣ ਪੰਛੀ ਹੈ ਹੀ ਪਿੰਜਰੇ ਦੇ ਵਿੱਚ, ਉਹਦਾ ਅਸਲ ਜੀਵਨ ਤਾਂ ਨਹੀਂ ਨਾ। ਤਾਂ ਹੀ ਬਚਨ ਕੀਤੇ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਟੱਕਰ ਚੁਗਣ ਥਲ ਵਸਣ ਰੱਬ ਨਾ ਛੁੱਡਣ ਪਾਸ। ਹੁਣ ਇਸੇ ਹੀ ਤਰ੍ਹਾਂ ਇੱਥੇ ਵੀ ਇੱਕ ਉਦਾਹਰਣ ਆਉਂਦੀ ਹੈ। ਕਹਿਣ ਲੱਗੇ ਇੱਕ ਤੋਤਾ ਜਿਹੜਾ ਪਿੰਜਰੇ ਦੇ ਵਿੱਚ ਬੰਦ ਹੈ, ਭਾਵੇਂ ਉੱਥੇ ਉਹਨੂੰ ਖਾਣ ਵਾਸਤੇ ਵੀ ਸਭ ਕੁਝ ਮਿਲਦਾ, ਜਿਹਨੇ ਉਹਨੂੰ ਕੈਦ ਕੀਤਾ ਹੋਇਆ ਉਹਨੂੰ ਚੂਰੀ ਮਿਲਦੀ ਹੈ, ਸਭ ਕੁਝ ਮਿਲਦਾ ਖਾਣ ਵਾਸਤੇ, ਪਰ ਹੈ ਉਹ ਕੈਦ ਦੇ ਵਿੱਚ ਹੈ। ਕਿ ਬਾਹਰੋਂ ਤੋਤਾ ਆਇਆ ਤੇ ਉਹਨੇ ਹੁਣ ਵੇਖਿਆ ਕਿ ਮੇਰੇ ਨਾਲ ਦਾ ਇੱਕ ਹੋਰ ਪੰਛੀ ਉਹ ਬਾਹਰ ਹੈ, ਉਹ ਨੇੜੇ ਆਇਆ। ਜਿਹੜਾ ਕੈਦ ਦੇ ਵਿੱਚ ਸੀ ਪਿੰਜਰੇ ਦੇ ਵਿੱਚ, ਉਹਨੂੰ ਪੁੱਛਿਆ ਹੈ ਤੂੰ ਕੌਣ ਹੈ? ਕਹਿਣ ਲੱਗਾ ਮੈਂ ਵੀ ਤੋਤਾ ਹਾਂ। ਉਹ ਕਹਿੰਦਾ ਮੈਂ ਵੀ ਤੋਤਾ ਹਾਂ, ਤੂੰ ਕਿੱਥੇ ਰਹਿੰਦਾ? ਕਹਿੰਦਾ ਅਸੀਂ ਤਾਂ ਆਜ਼ਾਦ ਹੁੰਦੇ ਹਾਂ, ਕਦੀ ਕਿਤੇ ਉਡਾਰੀ ਮਾਰ ਕੇ ਚਲੇ ਗਏ, ਕਦੀ ਕਿਤੇ ਚਲੇ ਗਏ, ਤੇ ਤੂੰ ਇੱਥੇ ਕੈਦ ਦੇ ਵਿੱਚ ਪਿਆ ਹੋਇਆ ਹੈ। ਜਿਹੜਾ ਆਜ਼ਾਦ ਸੀ ਉਹਨੇ ਕੈਦ ਵਾਲੇ ਤੋਤੇ ਨੂੰ ਆਖਿਆ ਜਿਹੜਾ ਪਿੰਜਰੇ ਦੇ ਵਿੱਚ ਪਿਆ ਹੋਇਆ ਹੈ। ਉਹ ਕਹਿੰਦਾ ਮੈਨੂੰ ਸਭ ਕੁਝ ਖਾਣ ਵਾਸਤੇ ਮਿਲਦਾ, ਮੇਰੀ ਜ਼ਿੰਦਗੀ ਇਹ ਹੈ। ਕਿਉਂ ਹੁਣ ਉਹਨੂੰ ਉਹ ਪਿਆਰਾ ਹੈ ਜਿਹੜਾ ਪਿੰਜਰੇ ਦੇ ਵਿੱਚ ਹੈ, ਕੈਦ ਦੇ ਵਿੱਚ ਹੈ, ਉਹਨੂੰ ਉੱਥੇ ਸਭ ਕੁਝ ਮਿਲਦਾ, ਉਹਨੂੰ ਉਹ ਜੀਵਨ ਪਿਆਰਾ ਹੈ, ਪਰ ਜਿਹੜਾ ਆਜ਼ਾਦ ਹੈ ਉਹਨੂੰ ਆਪਣਾ ਜੀਵਨ ਪਿਆਰਾ ਹੈ। ਹੁਣ ਉਹਨੇ ਆਖਿਆ ਵੀ, ਕਹਿਣ ਲੱਗਾ ਮੈਂ ਤੈਨੂੰ ਇਸ ਕੈਦ ਦੇ ਵਿੱਚੋਂ ਕੱਢ ਵੀ ਦਿੰਦਾ ਹਾਂ, ਤੈਨੂੰ ਆਜ਼ਾਦ ਵੀ ਕਰ ਦਿੰਦਾ ਹਾਂ। ਆ ਵੇਖ ਮੈਂ ਆਕਾਸ਼ ਦੇ ਵਿੱਚ ਉਡਾਰੀ ਮਾਰਦਾ, ਆਪਣੀ ਮਰਜ਼ੀ ਦੇ ਨਾਲ ਆਪਣੇ ਜੀਵਨ ਨੂੰ ਜਿਉਂਦਾ ਹਾਂ। ਉਹ ਕਹਿਣ ਲੱਗਾ ਨਹੀਂ, ਮੈਂ ਬਸ ਇੱਥੇ ਠੀਕ ਹਾਂ। ਹੁਣ ਇਸ ਤਰ੍ਹਾਂ ਇਹਦਾ ਭਾਵ ਇਹੀ ਹੈ ਕਿ ਕਈਆਂ ਨੇ ਆਪਣੇ ਜੀਵਨ ਨੂੰ ਉਸ ਪਿੰਜਰੇ ਵਾਲੇ ਪੰਛੀ ਦੇ ਵਾਂਗ ਹੀ ਬਣਾ ਲਿਆ ਹੈ। ਉਹ ਕਹਿੰਦੇ ਸਾਨੂੰ ਕੀ ਲੋੜ ਹੈ ਨਾਮ ਜਪਣ ਦੀ, ਸਾਨੂੰ ਕੀ ਲੋੜ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੀ, ਪਰਮੇਸ਼ਰ ਦੀ ਬੰਦਗੀ ਕਰਨ ਦੀ। ਪਰ ਨਹੀਂ, ਜਿਨ੍ਹਾਂ ਨੇ ਉਸ ਬ੍ਰਹਮ ਗਿਆਨ ਦੇ ਵਿੱਚ ਉਡਾਰੀ ਮਾਰੀ ਹੈ, ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੂੰ ਇਹ ਆਨੰਦ ਪ੍ਰਾਪਤ ਹੋਇਆ ਹੈ, ਉਹ ਆਨੰਦ ਦੱਸਿਆ ਨਹੀਂ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਰਹਿਮਤ ਕਿਰਪਾ ਕੀਤੀ ਹੈ ਕਿ ਸਾਡਾ ਇਹ ਜੀਵਨ ਉਹ ਇੱਕ ਪੰਛੀ ਦੇ ਵਾਂਗ ਬਣਾਇਆ ਹੈ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਬਾਣੀ ਤੇ ਬਾਣਾ, ਬਾਣੀ ਵੀ ਹੋਣੀ ਜ਼ਰੂਰੀ ਹੈ ਔਰ ਬਾਣੇ ਦੇ ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ, ਕਿਉਂ ਪਰਮਾਤਮਾ ਦੇ ਬਚਨ ਕੀਤੇ ਨੇ ਕਲਗੀਧਰ ਪਿਤਾ ਮਹਾਰਾਜ ਨੇ। ਕਹਿਣ ਲੱਗੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਕਹਿੰਦੇ ਇਹ ਮੇਰਾ ਨਹੀਂ, ਇਹ ਪਰਮਾਤਮਾ ਦਾ ਹੈ। ਇਹ ਖਾਲਸਾ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ ਤੇ ਬਾਣੀ ਤੇ ਬਾਣਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਕੇ ਖਾਲਸੇ ਨੂੰ ਇਹ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਔਰ ਇਹ ਵਿਚਾਰ ਭਾਵ ਜਿਹੜੇ ਇਸ ਤਰ੍ਹਾਂ ਜਿਨ੍ਹਾਂ ਨੂੰ ਆਖਿਆ ਕਿ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ, ਕੱਕਰ ਤੋਂ ਭਾਵ ਕੇ ਗ੍ਰਿਸਤੀ ਜੀਵਨ, ਗ੍ਰਿਸਤੀ ਜੀਵਨ ਦੇ ਵਿੱਚ ਵੀ ਰਹੇ ਔਰ ਥਲ ਵਸਣ
ਰੱਬ ਨਾ ਛੋਡਣ ਪਾਸ ਗ੍ਰਿਸਤੀ ਜੀਵਨ ਦੇ ਵਿੱਚ ਰਹਿ ਕੇ ਉਹਨਾਂ ਪਰਮਾਤਮਾ ਦੇ ਨਾਮ ਨੂੰ ਵੀ ਜਪਿਆ ਹੈ, ਵਾਹਿਗੁਰੂ ਨੂੰ ਵੀ ਯਾਦ ਕੀਤਾ। ਕਿਉਂ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਨਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਆਪਾਂ ਅੱਗੇ ਵਿਚਾਰ ਕਰੀਏ, ਆਪ ਹੱਸਦਾ ਮੁਝਾ ਉਭਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਆਪ ਜੀ ਰਹਿਮਤ ਕਿਰਪਾ ਕਰਕੇ ਇਹ ਮੌਤ ਦਾ ਡਰ ਉਹ ਸੰਸਾਰ ਦੇ ਜੀਵਾਂ ਦੇ ਵਿੱਚੋਂ ਕੱਢ ਦਿਓ। ਹਜ਼ੂਰ ਨੇ ਇਹ ਰਹਿਮਤ ਕਿਰਪਾ ਕੀਤੀ ਹੈ, ਕਿਉਂਕਿ ਉਸ ਵਕਤ ਇਹ ਵੀ ਗੱਲ ਪ੍ਰਚਲਿਤ ਸੀ, ਜਿਹੜੇ ਤਾਂ ਜ਼ੁਲਮ ਕਰਨ ਵਾਲੇ ਸਨ ਉਹਨਾਂ ਨੇ ਇੰਨਾ ਹੀ ਪਾਪ ਦੁਨੀਆਂ ਦੇ ਲੋਕਾਂ ਦੇ ਉੱਪਰ ਕੀਤਾ ਹੈ, ਮੁਗਲਾਂ ਨੇ, ਔਰ ਸਾਰੇ ਪਰਜਾ ਉਹਨਾਂ ਦੇ ਕੋਲੋਂ ਡਰਦੀ ਹੈ। ਬੜਾ ਵੱਡਾ ਡਰ ਹੈ ਮਨ ਦੇ ਵਿੱਚ, ਇੱਕ ਪਾਸੇ ਇੰਨੇ ਅਤਿਆਚਾਰ ਕਰਨ ਵਾਲੇ ਨੇ ਕਿ ਉਹ ਗਰੀਬਾਂ ਦੇ ਉੱਪਰ ਵੀ ਜ਼ੁਲਮ ਕਰਦੇ ਨੇ, ਪਰ ਦੂਸਰੇ ਪਾਸੇ ਇੰਨਾ ਡਰ ਉਹਨਾਂ ਦੇ ਮਨਾਂ ਦੇ ਵਿੱਚ ਪੈਦਾ ਹੋ ਗਿਆ ਕਿ ਉਹ ਜ਼ੁਲਮ ਨੂੰ ਰੋਕਣ ਵਾਸਤੇ ਵੀ ਉੱਠ ਨਹੀਂ ਸਕਦੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤ ਕਿਰਪਾ ਕੀਤੀ ਹੈ, ਕਿਉਂਕਿ ਉਹਨਾਂ ਨੇ ਕੋਈ ਨਵੇਂ ਲੋਕ ਪੈਦਾ ਨਹੀਂ ਕੀਤੇ, ਲੋਕ ਉਹੀ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਡਰ ਸੀ ਉਹਨੂੰ ਖਤਮ ਕੀਤਾ ਹੈ, ਔਰ ਇੱਕ ਵੀਰ ਰਸ ਉਹਨੂੰ ਪੈਦਾ ਕੀਤਾ ਹੈ, ਉਹ ਦਾਤ ਗੁਰੂ ਦੀ ਬਾਣੀ ਦੇ ਵਿੱਚੋਂ ਔਰ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚੋਂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਪੈਦਾ ਕੀਤੀ ਹੈ। ਮੌਤ ਦਾ ਡਰ ਤਾਂ ਹੈ, ਪਰ ਹਜ਼ੂਰ ਨੇ ਇਹ ਬਚਨ ਕੀਤੇ, ਜਿਵੇਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਾਨ। ਕਹਿਣ ਲੱਗੇ ਨਾ ਤਾਂ ਕਿਸੇ ਨੂੰ ਡਰ ਦੇਣਾ ਹੈ, ਪਰ ਨਾ ਹੀ ਕਿਸੇ ਦਾ ਡਰ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਹੈ। ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਮਰਨ ਕਾਲ ਕਾ ਤਰਾਸਨ ਵਰੀਆ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਕਿ ਇਹ ਆਮ ਲੋਕਾਂ ਦੀ ਗੱਲ ਹੈ, ਜਿਹੜਾ ਸਾਡੇ ਮਨਾਂ ਦੇ ਵਿੱਚ ਮੌਤ ਦਾ ਡਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਡਰ ਨੂੰ ਸਾਡੇ ਮਨਾਂ ਦੇ ਵਿੱਚੋਂ ਕੱਢਣਾ ਚਾਹੁੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿਣ ਲੱਗੇ ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ। ਤਰਾਸ ਦੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਰਾਜ ਵੀ ਕਰਦੇ ਨੇ, ਤਰਾਸ ਡਰ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਰਦੇ ਨੇ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਚੌਪੇ ਸਾਹਿਬ ਦੀ ਗੁਰਬਾਣੀ, ਦੋਵਾਂ ਦਾ ਸੁਮੇਲ ਜਿਹੜਾ ਗੁਰਮੁਖ ਹੁੰਦਾ, ਕੋਈ ਫਰਕ ਨਹੀਂ। ਜਮ ਦੀ ਗੱਲ ਕੀਤੀ ਹੈ, ਜਮਾਂ ਦਾ ਡਰ ਹਜ਼ੂਰ ਨੇ ਉਹ ਸਾਡੇ ਮਨਾਂ ਦੇ ਵਿੱਚੋਂ ਕੱਢ ਦੇਣਾ ਕੀਤਾ, ਪਰ ਨਾਲ ਇੱਕ ਗੱਲ ਹੋਰ ਕੀਤੀ, ਜਿਹੜਾ ਆਪਾਂ ਬਚਨ ਪੜ੍ਹਿਆ ਨਾ, ਕਹਿਣ ਲੱਗੇ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ। ਕਹਿੰਦੇ ਨਾ ਡਰ ਕਿਸੇ ਨੂੰ ਦੇਣਾ, ਅਤੇ ਨਾਲ ਹੀ ਗੱਲ ਕੀਤੀ ਨਾ ਕਿਸੇ ਦਾ ਡਰ ਉਹ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਹੈ। ਪਰ ਹੁਣ ਇੱਕ ਗੱਲ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਕਹਿਣ ਲੱਗੇ ਡਰ ਕਿਹਦਾ ਰੱਖਣਾ ਹੈ, ਡਰ ਕੇਵਲ ਅਤੇ ਕੇਵਲ ਪਰਮਾਤਮਾ ਦਾ। ਕਿਉਂ ਇੱਕ ਡਰ ਤਾਂ ਹੋਣਾ ਜ਼ਰੂਰੀ ਹੈ ਨਾ, ਪਰਮਾਤਮਾ ਦਾ ਡਰ ਉਹ ਸਾਡੇ ਹਿਰਦੇ ਦੇ ਵਿੱਚ ਹੋਣਾ ਅਤਿ ਜ਼ਰੂਰੀ ਹੈ। ਡਰ ਘਰ ਘਰ ਡਰ 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 ਜਾਏ, ਜਿਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਡਰ ਘਰ, ਘਰ ਨਾਮ ਹੈ ਹਿਰਦੇ ਦਾ, ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਡਰ ਨੂੰ ਧਾਰਨ ਕਰਨਾ ਹੈ, ਅਤੇ ਇਹ ਸਰੀਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਉਹ ਰੱਖਣਾ ਹੈ। ਪਰਮਾਤਮਾ ਦਾ ਡਰ ਉਹ ਸਾਡੇ ਮਨ ਦੇ ਵਿੱਚ ਹੋਣਾ ਉਹ ਅਤਿ ਜ਼ਰੂਰੀ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਕਹਿਣ ਲੱਗੇ ਜਿਹੜਾ ਵੀ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਗੁਰੂ ਰਹਿਮਤ ਕਿਰਪਾ ਕਰਕੇ ਉਹਨਾਂ ਦੇ ਮਨ ਦੇ ਵਿੱਚੋਂ ਡਰ ਨੂੰ ਦੂਰ ਕਰ ਦਿੰਦਾ ਹੈ।
ਮੌਤ ਦਾ ਡਰ ਉਹਨਾਂ ਦੇ ਹਿਰਦੇ ਦੇ ਵਿੱਚ ਰਹਿੰਦਾ ਨਹੀਂ, ਕਿਉਂਕਿ ਜਦੋਂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇ ਵਿਸਾਖੀ ਦੇ ਦਿਹਾੜੇ ਦੇ ਉੱਪਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਅਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਸੀਸ ਹੀ ਮੰਗ ਕੀਤੀ ਹੈ ਔਰ ਇਹੀ ਵਚਨ ਕੀਤਾ ਸੀ ਕਿ ਕੋਈ ਵੀ ਸੰਗਤ ਦੇ ਵਿੱਚੋਂ ਉੱਠੋ, ਸਾਨੂੰ ਇੱਕ ਸੀਸ ਚਾਹੀਦਾ ਹੈ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜ ਸੀਸ ਜਿਹੜੇ ਸੀ ਉਹ ਮੰਗੇ ਔਰ ਉਹਨਾਂ ਗੁਰੂ ਕਿਆਂ ਗੁਰਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਮੰਗ ਜਿਹੜੀ ਆ ਉਹ ਪੂਰੀ ਕੀਤੀ ਹੈ। ਕਹਿਣ ਤੋਂ ਭਾਵ ਕਿ ਜਿਹੜਾ ਖਾਲਸਾ ਪੰਥ ਹਜ਼ੂਰ ਨੇ ਬਣਾਇਆ ਹੈ, ਜਿਸ ਖਾਲਸਾ ਪੰਥ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਥਾਪਨਾ ਕੀਤੀ ਹੈ, ਉਹਨੂੰ ਮੌਤ ਦੇ ਵਿੱਚੋਂ ਹੀ ਪੈਦਾ ਕੀਤਾ। ਮੌਤ ਦਾ ਡਰ ਹਜ਼ੂਰ ਨੇ ਉਹ ਕੱਢ ਦੇਣਾ ਕੀਤਾ। ਸੋ ਇਸ ਕਰਕੇ ਇਹ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਐਸੀ ਰਹਿਮਤ ਕਿਰਪਾ ਕਰਨ ਵਾਲੇ ਨੇ। ਇਹਨਾਂ ਦੋ ਪੰਕਤੀਆਂ ਦੀ ਵਿਚਾਰ ਆਪਾਂ ਕੀਤੀ ਸੀ ਚੌਪੀ ਸਾਹਿਬ ਦੇ ਵਿੱਚੋਂ ਕਿ ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤਰਾਸ ਨਵਰੀਐ, ਹੇ ਰਹਿਮਤ ਕਿਰਪਾ ਕਰੋ ਅਕਾਲ ਪੁਰਖ ਵਾਹਿਗੁਰੂ, ਆਪ ਕਿਰਪਾ ਕਰਕੇ ਇਸ ਡੁੱਬਦਿਆਂ ਹੋਇਆਂ ਨੂੰ ਕੱਢ ਲੈਣਾ ਕਰੋ ਅਤੇ ਜਿਹੜਾ ਮੌਤ ਦਾ ਡਰ ਉਹ ਸਾਡੇ ਉੱਪਰ ਪਿਆ ਹੋਇਆ ਹੈ ਇਹਨੂੰ ਦੂਰ ਕਰ ਦੇਣਾ ਕਰੋ। ਦਾਸ ਦੇ ਕੋਲੋਂ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਸਤਿਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।